ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੀਐਸਪੀਸੀਐਲ ਯਾਨੀ ਕਿ ਬਿਜਲੀ ਬੋਰਡ ਵੱਲੋਂ ਬਿਜਲੀ ਦੀਆਂ ਨਵੀਆਂ ਦਰਾਂ ਤੇ ਨਵੇਂ ਰੇਟਾਂ ਦਾ ਐਲਾਨ ਕਰ ਦਿੱਤਾ ਹੈ ਕਿ 3 ਰੁਪਏ ਪ੍ਰਤੀ ਯੂਨਿਟ ਜਿਹੜੀ ਬਿਜਲੀ ਦੀ ਸਬਸਿਡੀ ਸਾਨੂੰ ਮਿਲ ਰਹੀ ਸੀ ਕਿ ਉਹ ਮਿਲਦੀ ਰਹੇਗੀ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ 300 ਯੂਨਟਾਂ ਦੀ ਜੋ ਛੋਟ ਦਾ ਐਲਾਨ ਕੀਤਾ ਸੀ ਕਿ ਉਸ ਨੂੰ ਲਾਗੂ ਕਰ ਦਿੱਤਾ ਗਿਆ ਸੋ ਆਓ ਇਹਨਾਂ ਸਵਾਲਾਂ ਦਾ ਜਵਾਬ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲਿਓ ਸੋ ਦੋਸਤੋ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ 1 ਨਵੰਬਰ 2021 ਤੋਂ ਬਿਜਲੀ ਦੀ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ ਪਿਛਲੇ ਸਾਲ ਇਸ ਕਟੋਤੀ ਨੂੰ ਜਿਹੜਾ ਹੈ ਉਹ ਅਮਲੀ ਜਾਮਾ ਪਵਾ ਦਿੱਤਾ ਗਿਆ ਸੀ ਤੇ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਜਿਹੜੇ ਰੇਟ ਨੇ ਉਹ ਘਟਣ ਕਾਰਨ ਬਿਜਲੀ ਦੇ ਬਿੱਲ ਵੀ ਜਿਹੜੇ ਨੇ ਉਹ ਘੱਟ ਆਉਂਦੇ ਰਹੇ ਨੇ ਹੁਣ ਦੋਸਤੋ ਗੱਲ ਕਰੀਏ ਤਾਂ ਹੁਣ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਐਲ ਵੱਲੋਂ ਬਿਜਲੀ ਦੀ ਨਵੀਂ ਦਰਾਂ ਦਾ ਐਲਾਨ ਕੀਤਾ ਗਿਆ। ਦੋਸਤੋ ਪਿਛਲੀ ਸਰਕਾਰ ਵੱਲੋਂ ਪ੍ਰਤੀ ਯੂਨਿਟ 3 ਰੁਪਏ ਦੀ ਜੋ ਛੋਟ ਦਿੱਤੀ ਗਈ ਸੀ ਕਿ ਉਹ ਹੁਣ ਵੀ ਚੱਲਦੀ ਰਹੇਗੀ ਜਾਂ ਫਿਰ ਇਸ ਦੀ ਥਾਂ ਤੇ 300 ਯੂਨਟਾਂ ਦੀ ਜਿਹੜੀ ਨਵੀਂ ਰਿਆਇਤ ਹੈ ਉਹ ਦਿੱਤੀ ਜਾਵੇਗੀ। ਹੁਣ ਮੈਂ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦਾ ਬਿਜਲੀ ਦੀ ਦਰਾਂ ਬਾਰੇ ਕਿ ਜੋ ਐਲਾਨ ਕੀਤੇ ਗਏ ਨੇ ਕਿ ਉਸ ਐਲਾਨ ਦੇ ਵਿੱਚ ਸਬਸਿਡੀ ਦਾ ਵੀ ਕਿਤੇ ਜ਼ਿਕਰ ਕੀਤਾ ਗਿਆ ਜਾਂ ਫਿਰ ਸਬਸਿਡੀ ਨੂੰ ਬੰਦ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਦੋਸਤੋ ਮੈਂ ਗੱਲ ਕਰਦਾ ਕਿ ਉਹਨਾਂ ਘਰਾਂ ਦੀ ਜਿਨ੍ਹਾਂ ਦੇ ਘਰ ਦਾ ਲੋਡ 2 ਕਿਲੋਵਾਟ ਤੋਂ ਘੱਟ ਹੈ ਪਹਿਲੀ 100 ਯੂਨਟਾਂ ਦੇ ਲਈ ਜੋ ਰੇਟ ਹੈ ਉਹ ₹3.49 ਹੈ 100 ਤੋਂ ਲੈ ਕੇ 300 ਯੂਨਟਾਂ ਦੇ ਤੱਕ ਜਿਹੜਾ ਰੇਟ ਹੈ ਉਹ ₹5.84 ਹੈ ਔਰ 300 ਤੋਂ ਉੱਪਰ ਅਗਰ ਅਸੀਂ ਪ੍ਰਤੀ ਮਹੀਨਾ ਯੂਨਟਾਂ ਦੀ ਵਰਤੋਂ ਕਰਦੇ ਹਾਂ ਦਾ ਜਿਹੜਾ ਰੇਟ ਹੈ ਉਹ 7 ਰੁਪਏ 30 ਪੈਸੇ ਹੈ ਸੋ ਦੋਸਤੋ ਵੱਡੀ ਗੱਲ ਇੱਥੇ ਇਹ ਹੈ ਕਿ ਇਹ ਜੋ ਰੇਟ ਨੇ ਇਹ ਪਿਛਲੇ ਸਾਲ ਵੀ ਇਹੀ ਸਨ ਤੇ ਇਹਨਾਂ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ ਪਰ ਹੈਰਾਨੀ ਜਿਹੜਾ ਗੱਲ ਹੈ ਯਾ ਦੋਸਤੋ ਕਿ 1/4/2022 ਤੋਂ ਇਹਨਾਂ ਦਰਾਂ ਦਾ ਐਲਾਨ ਕਰਨ ਸਮੇਂ ਜੋ ਬਿਜਲੀ ਦੀ ਸਬਸਿਡੀ ਦਿੱਤੀ ਜਾ ਰਹੀ ਸੀ 3 ਰੁਪਏ ਪ੍ਰਤੀ ਯੂਨਿਟ ਯਾਨੀ ਕਿ ਸਾਡੇ ਬਿੱਲ ਜਿਹੜੇ ਨੇ ਉਹ ਅੱਧੇ ਕੀਤੇ ਗਏ ਸੀ ਪਿਛਲੀ ਸਰਕਾਰ ਵੱਲੋਂ ਐਲਾਨ ਦੇ ਮਤਾਬਕ ਉਸ ਬਾਰੇ ਇਸ ਸਰਕੂਲਰ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਯਾਨੀ ਕਿ ਇਸ ਦਾ ਮਤਲਬ ਜੇ ਸਮਝਿਆ ਜਾਵੇ ਤਾਂ ਇਹੀ ਹੈ ਕਿ 1.4.2022 ਤੋਂ ਸਾਡੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਸਾਨੂੰ ਪੁਰਾਣੀ ਦਰਾਂ ਦੇ ਅਨਸਾਰ ਹੀ ਵੱਧ ਕੇ ਆਣਗੇ ਯਾਨੀ ਕਿ 7 ਰੁਪਏ 8 ਰੁਪਏ ਪ੍ਰਤੀ ਯੂਨਿਟ ਜੋ ਪਹਿਲਾਂ ਚੱਲ ਰਿਹਾ ਸੀ ਸਾਨੂੰ ਉਸ ਤਰੀਕੇ ਦੇ ਨਾਲ ਹੀ ਬਿੱਲ ਆਣਗੇ ਕਿਉਂਕਿ ਸਬਸਿਡੀ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੁਣ ਮੈਂ 2 ਕਿਲੋਵਾਟ ਤੋਂ ਉੱਪਰ 7 ਕਿਲੋਵਾਟ ਤੱਕ ਦੇ ਦਰਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ 3 ਰੁਪਏ ਤੇ 74 ਪੈਸੇ 100 ਯੂਨਟਾਂ ਤੱਕ 5 ਰੁਪਏ 84 ਪੈਸੇ 100 ਯੂਨਟਾਂ ਤੋਂ 300 ਯੂਨਟਾਂ ਤੱਕ ਤੇ 7 ਰੁਪਏ 30 ਪੈਸੇ ਜਿਹੜੇ ਨੇ ਉਹ 300 ਯੂਨਟਾਂ ਤੋਂ ਉੱਪਰ ਦਾ ਜਿਹੜਾ ਰੇਟ ਹੈ ਉਹ ਰੱਖਿਆ ਗਿਆ ਔਰ ਇੱਥੇ ਵੀ ਸਬਸਿਡੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ 7 ਕਿਲੋਵਾਟ ਤੋਂ ਉੱਪਰ ਦੇ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਪਹਿਲਾਂ ਵੀ ਕੋਈ ਰਿਆਇਤ ਨਹੀਂ ਦਿੱਤੀ ਗਈ ਸੀ ਤੇ ਹੁਣ ਵੀ ਕਿਸੇ ਤਰ੍ਹਾਂ ਦਾ ਰਿਆਇਤ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਪਰ ਜੋ ਰੇਟ ਨੇ ਬਿਜਲੀ ਦੇ ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਸੋ ਦੋਸਤੋ ਵੱਡੀ ਗੱਲ ਜਿਹੜੀ ਹੈ ਉਹ ਮੈਂ ਦੱਸ ਦੇਣਾ ਚਾਹਨਾ ਕਿ ਸਬਸਿਡੀ ਇਸ ਪੱਤਰ ਦੇ ਮੁਤਾਬਕ ਇਹੀ ਸਮਝ ਆ ਰਿਹਾ ਕਿ ਪੰਜਾਬ ਦੇ ਵਿੱਚ 1/4 2022 ਤੋਂ 3 ਰੁਪਏ ਪ੍ਰਤੀ ਯੂਨਟਾਂ ਦੀ ਜਿਹੜੀ ਛੋਟ ਹੈ ਜਿਹੜੀ ਸਬਸਿਡੀ ਹੈ ਫਿਲਹਾਲ ਉਹ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਹੀਂ ਮਿਲ ਰਹੀ ਔਰ ਜੇਕਰ ਗੱਲ ਕਰੀਏ 300 ਯੂਨਟਾਂ ਦੀ ਛੋਟ ਦੀ ਜੋ ਕਿ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਪ੍ਰਤੀ ਮਹੀਨਾ 300 ਯੂਨਟਾਂ ਦੀ ਛੋਟ ਜਿਹੜੀ ਦਿੱਤੀ ਜਾਵੇਗੀ ਫਿਲਹਾਲ ਇਸ ਬਾਰੇ ਲਗਾਤਾਰ ਜਿਹੜੀ ਗੱਲਬਾਤ ਹੋ ਰਹੀ ਹੈ ਪਰ ਇਹਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਇਹ ਨਹੀਂ ਦੱਸਿਆ ਗਿਆ ਕਿ ਇਹ ਜੋ ਛੋਟ ਹੈ ਇਹ ਕਦੋਂ ਤੋਂ ਸ਼ੁਰੂ ਕੀਤੀ ਜਾਵੇਗੀ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਐਲਾਨ ਕੀਤਾ ਜਾ ਸਕਦਾ ਉਸ ਦੀਆਂ ਸ਼ਰਤਾਂ ਕੀ ਹੋਣਗੀਆਂ ਕੀ ਇਹ ਪੰਜਾਬ ਦੇ ਸਮੂਹ ਖਪਤਕਾਰਾਂ ਨੂੰ ਇਸ ਦੀ ਸਹੂਲਤ ਦਿੱਤੀ ਜਾਵੇਗੀ ਜਾਂ ਫਿਰ 2 ਕਿਲੋਵਾਟ ਤੋਂ ਘੱਟ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ 300 ਯੂਨਟਾਂ ਦੀ ਜਿਹੜੀ ਵਰਤੋ ਹੈ ਉੱਥੇ ਤੱਕ ਹੀ ਜਿਹੜਾ ਹੈ ਰਿਆਇਤ ਦਿੱਤੀ ਗਈ ਹੈ ਜੇਕਰ ਤੁਸੀਂ 301 ਯੂਨਟਾਂ ਚਲਾ ਲੈਣੇ ਹੋ ਤਾਂ ਤੁਹਾਨੂੰ ਪੂਰਾ ਬਿੱਲ ਦੇਣਾ ਹੋਵੇਗਾ ਇਸ ਬਾਰੇ ਵੀ ਕੋਈ ਕਲੈਰੀਫਿਕੇਸ਼ਨ ਅਜੇ ਤੱਕ ਨਹੀਂ ਹੈ ਪਰ ਜੋ ਰੇਟ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਐਲ ਯਾਨੀ ਕਿ ਬਿਜਲੀ ਬੋਰਡ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਪੜ੍ਹ ਕੇ ਇਹੀ ਸਮਝ ਆ ਰਿਹਾ ਹੈ ਕਿ ਜੋ 3 ਰੁਪਏ ਪ੍ਰਤੀ ਯੂਨਿਟ ਛੋਟ ਦਿੱਤੀ ਗਈ ਸੀ 1 ਨਵੰਬਰ 2021 ਤੋਂ ਉਸ ਨੂੰ ਬੰਦ ਕਰ ਦਿੱਤਾ ਗਿਆ ਤੇ 1 4 2022 ਤੋਂ ਪੁਰਾਣੀ ਦਰਾਂ ਦੇ ਅਨੁਸਾਰ ਜੋ ਕਿ ਪਹਿਲਾਂ ਚਲਦੀਆਂ ਆ ਰਹੀਆਂ ਨੇ ਉਸ ਮੁਤਾਬਕ ਹੀ ਜਿਹੜੇ ਨੇ ਬਿੱਲ ਬਣਾਏ ਜਾਣਗੇ ਹੁਣ ਗੱਲ ਕਰਦੇ ਹਾਂ ਦੋਸਤੋ ਕਿ ਫਿਰ 300 ਜੁੰਡ ਦੀ ਜਿਹੜੀ ਛੋਟ ਹੈ ਕੀ ਉਹ ਐਲਾਨ ਕੀਤੀ ਜਾ ਸਕਦੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਗੱਲਬਾਤ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਜਾਂ ਉਹਨਾਂ ਦੇ ਮੰਤਰੀਆਂ ਵੱਲੋਂ ਫਿਲਹਾਲ ਨਹੀਂ ਜਿਹੜੀ ਹੈ ਸਾਹਮਣੇ ਆਈ ਹੈ ਪਰ ਇਹ ਕਿਹਾ ਜ਼ਰੂਰ ਜਾ ਰਿਹਾ ਹੈ ਕਿ ਇਸ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਸੋ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਮਕਸਦ ਇਹ ਹੀ ਸੀ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਨਵੀਂ ਦਰਾਂ ਦਾ ਐਲਾਨ ਕੀਤਾ ਗਿਆ ਹੈ ਕਿਹਾ ਗਿਆ ਹੈ ਕਿ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਪਰ 300 ਯੂਨਟਾਂ ਤੋਂ ਇਲਾਵਾ ₹3 ਪ੍ਰਤੀ ਯੂਨਿਟ ਜੋ ਛੋਟ ਪਹਿਲਾਂ ਮਿਲ ਰਹੀ ਸੀ ਉਸ ਬਾਰੇ ਵੀ ਇਸ ਪੱਤਰ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ। ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।